ਕਤੋਬ ਨਹੀਂ ਸਰਦਾਰ ਚਾਹੀਦਾ ਜੇ ਹੋਵੇ ਅਫਗਾਨ ਡੱਕਣ। ਅੱਛਾ ਭਾਈ, ਅਸੀਂ ਦੂਜੇ ਇੰਡੀਆ ਵਾਲਿਆਂ ਨੂੰ ਸਮਝਣਾ ਹੈ ਕਿ ਬੋਲੀਵੁੱਡ ਦੀਆਂ ਫਿਲਮਾਂ ਵੇਖ ਵੇਖ ਕੇ ਨਾ ਅਤੇ ਇਹਨਾਂ ਦੀ ਫਿਲਮੀ ਲਾਈਫ ਬਣੀ ਹੈ, ਉਹ ਵੀ ਆਪਣੇ ਜ਼ਿਹਨ 'ਚ ਖਿਆਲੀ ਪਲਾਓ ਬਣਾਉਂਦੇ ਰਹਿੰਦੇ ਨੇ। ਅਤੇ ਆ ਮਿੱਤਰਾਂ ਦਾ ਵੀ ਮੈਂ ਹਿਸਾਬ ਲਾਇਆ, ਬੇੜਾ ਗਰਕ ਸਿੱਧੂ ਮੂਸੇਵਾਲਾ ਇਹਨਾਂ ਦਾ ਵੀ ਕਰ ਗਿਆ। ਅਤੇ ਮੈਨੂੰ ਉਹ ਮਿਸਾਲ ਯਾਦ ਆ ਗਈ ਹੈ, ਕੋਈ ਪਿੰਡ ਦਾ ਚੌਧਰੀ ਸੀ ਅਤੇ ਉਹ ਕਿਸੇ ਮੌਲਵੀ ਅਤੇ ਬਾਬਾ ਜੀ ਵੱਸ ਪੈ ਗਿਆ ਅਤੇ ਮੌਲਵੀ ਨੇ ਸਮਝਾਇਆ ਸਮਝੋਇਆ ਕਿ ਨਮਾਜ਼ ਨਮੂਜ਼ ਪੜਿਆ ਕਰ, ਅੱਲਾ ਤੋਬਾ ਕਰਿਆ ਕਰ, ਦੁਨੀਆ ਫਾਨੀ, ਹਰ ਸ਼ੈ ਹੀ ਇੱਥੇ ਰਹਿ ਜਾਣੀ ਹੈ। ਅਤੇ ਚੌਧਰੀ ਦੇ ਚਲੋ ਕੋਈ ਦਿਲ ਨੂੰ ਗੱਲ ਲੱਗੀ ਅਤੇ ਉਹਨੇ ਬਾਬਾ ਜੀ ਆਖਿਆ ਠੀਕ ਹੈ ਚੌਧਰੀ ਮੌਲਵੀ ਸਾਹਿਬ ਹੁਣ ਨਮਾਜ਼ ਪੜ੍ਹਨੀ ਕਰਨੀ ਹੈ। ਕੋਈ ਉਹਦੇ 'ਚ ਵੀ ਦਿਲ 'ਚ ਅੱਲਾ ਦਾ ਖੌਫ ਪੈ ਗਿਆ, ਇੱਕ ਨਮਾਜ਼ ਪੜ੍ਹੀ ਉਹਨੇ ਅਤੇ ਇੱਕ ਮੱਝ ਮਰ ਗਈ, ਦੂਜੀ ਪੜ੍ਹੀ ਦੂਜੀ ਮਰ ਗਈ, ਤੀਜੀ ਪੜ੍ਹੀ ਤੀਜੀ ਮਰ ਗਈ। ਮੌਲਵੀ ਕੋਈ ਗਿਆ ਕਿ ਮੇਰਾ ਤਾਂ ਡੇਰਾ ਮੱਝਾਂ ਦਾ ਭਰਿਆ ਪਿਆ ਅਤੇ ਇਹ ਕੀ ਬਣੇਗਾ। ਉਹਨੇ ਆਖਿਆ ਅੱਲਾ ਜਿਹੜਾ ਨਾ ਆਪਣੇ ਨੇਕ ਬੰਦਿਆਂ ਦੇ ਇਮਤਿਹਾਨ ਲੈਂਦਾ ਅਤੇ ਚੌਰੀ ਹੌਂਸਲਾ ਕਰ, ਤਕਵਾ ਨਾ ਹਾਰੀ। ਉਹਨੇ ਆਖਿਆ ਠੀਕ ਹੈ। ਉਹ ਇੰਝ ਕਰਦਿਆਂ ਕਰਦਿਆਂ ਉਹਦੀਆਂ ਸਾਰੇ ਦੀਆਂ ਸਾਰਾ ਡੇਰਾ ਵਿਹਲਾ ਹੋ ਗਿਆ ਅਤੇ ਚੌਰੀ ਬੜਾ ਸਿਰ 'ਤੇ ਹੱਥ ਰੱਖ ਕੇ ਬੈਠਾ ਹੋਇਆ ਇੰਝ, ਅਤੇ ਸਾਹਮਣੇ ਇੱਕ ਨਿਗਾਹ ਜਿਹਾ ਕੱਟਾ ਡਿੰਗਦਾ ਸੀ ਪਿਆ। ਜ਼ਾਹਰ ਹੈ ਫਿਰ ਜਦੋਂ ਸਾਰਾ ਡੇਰਾ ਵਿਹਲਾ ਹੋ ਜਾਵੇ ਤਾਂ ਜਾਨ ਨੇ ਡਿੰਗਣਾ ਹੀ ਸੀ। ਉਹ ਡਿੰਗਣ ਡਿਆ ਅਤੇ ਚੌਰੀ ਲੈ ਕੇ ਇੱਕ ਚੀਚੀ ਆਉਂਦਾ ਕਿ ਚੁੱਪ ਕਰ ਜਾ ਤੂੰ, ਤਾਂ ਮੇਰੇ ਇੱਕ ਸਜਦੇ ਦੀ ਮਾਰ ਹੈ। ਅਤੇ ਉਹ ਤੁਹਾਡਾ ਹਿਸਾਬ ਹੈ ਕਿ ਜਿੱਥੇ 20 ਮੁਲਕਾਂ ਦੀ ਨੈਟੋ ਅਤੇ ਅਮਰੀਕਾ ਰਸ਼ੀਆ ਬਰਤਾਨੀਆ ਉਹਨਾਂ ਉੱਥੇ ਕਬਰਸਤਾਨ ਬਣਾ ਛੱਡਣ, ਤਬਾਹ ਫਨਾਹ ਕਰ ਛੱਡਿਆ, ਅਤੇ ਪੁੱਤਰ ਤੁਸੀਂ ਤਾਂ ਉਹਨਾਂ ਦੀ ਇੱਕ ਝਟਕੇ ਦੀ ਵੀ ਨਹੀਂ ਮਾਰ, ਸਮਝਦੇ ਹੋ? ਤੁਹਾਡੇ ਉਹਨਾਂ ਲਾਹ ਲਾਂਘੇ ਛੱਡਨੇ ਨੇ ਅਤੇ ਐਵੇਂ ਟਲ ਜਾਓ, ਉਹਨਾਂ ਦਾ ਨਾਂ ਬਾਰ ਬਾਰ ਨਾ ਲਵੋ, ਇਹ ਨਾ ਹੋਏ ਉਹ ਸਾਰਾ ਕੁਝ ਉੱਥੇ ਹੀ ਛੱਡ ਛਡਾ ਕੇ ਅਤੇ ਇੱਧਰ ਨੂੰ ਮੂੰਹ ਕਰ ਲੈਣ। ਅੱਗੇ ਹੀ ਤੁਹਾਡਾ ਮੀਡੀਆ ਅਤੇ ਮੋਦੀ ਨੇ ਸਿਰ 'ਤੇ ਬਾਂਹ ਰੱਖੀ ਹੈ ਕਿ ਅਫਗਾਨ ਆ ਗਏ, ਅਫਗਾਨ ਤਾਲਿਬਾਨ ਆ ਗਏ। ਉਹ ਤਾਲਿਬਾਨ ਨੇ ਅੱਲਾ ਦੀ ਰਜ਼ਾ ਵਾਸਤੇ ਲੜਦੇ ਨੇ, ਉਹ ਤੁਹਾਡੇ ਫੌਜੀ ਲੜਦੇ ਨੇ ਤਨਖਾਹਾਂ ਲੈ ਕੇ, ਉਹ ਲੜਦੇ ਨੇ ਫੀਸ ਬੀ ਲੀਲਾ, ਕੋਈ ਲਾਲਚ ਨਹੀਂ ਉਹਨਾਂ ਨੂੰ, ਸਮਝਦੇ ਹੋ? ਅਤੇ ਜਿਹਾਦ ਕਰਦੇ ਨੇ, ਅਤੇ ਜਿਹਾਦ ਜਿਹੜਾ ਵੀ ਕਰਦਾ ਨਾ, ਭਾਵੇਂ ਹਮਾਸ ਵਾਲੇ ਹੋਣ, ਭਾਵੇਂ ਲਸ਼ਕਰ ਤੈਬਾ ਹਿਜ਼ਬੁੱਲਾ, ਉਹਨਾਂ ਅੱਗੇ ਦੁਨੀਆ ਦੀ ਕੋਈ ਸੁਪਰ ਪਾਵਰ ਨਹੀਂ ਟਿਕ ਸਕਦੀ। ਅੱਲਾ ਦੀ ਮਦਦ ਹੁੰਦੀ ਹੈ ਨਾਲ, ਅਤੇ ਉਹਨਾਂ ਤਬਾਹੀ ਤੁਹਾਡੀ ਐਸੀ ਫੇਰਨੀ ਹੈ ਕਿ ਤੁਹਾਡਾ ਕੋਈ ਬੰਦਾ ਲੰਗਰ ਵਰਤਾਉਣ ਵਾਲਾ ਨਹੀਂ ਲੱਭਣਾ। ਸਹੀ ਹੈ? ਅਤੇ ਮੇਰਾ ਪੁੱਤਰ, ਅਕਲ ਦੇ ਹੱਥ ਮਾਰੋ ਅਕਲ ਨੂੰ, ਅਤੇ ਕੋਈ ਹੱਥ ਹੌਲਾ ਰੱਖੋ। ਆ ਜਿਹੜਾ ਨੱਚਣ ਟੱਪਣ ਵਾਲਾ ਤੁਹਾਡਾ ਕੰਮ ਹੈ ਨਾ, ਉਹ ਹੀ ਕਰੋ, ਇਸ ਪਾਸੇ ਨਾ ਹੀ ਆਓ ਤਾਂ ਚੰਗਾ। ਤੁਸੀਂ ਭੰਗੜੇ ਪਾਉਣ ਵਾਲੇ ਹੋ, ਛਾਤੀਆਂ 'ਤੇ ਬੰਬ ਬੰਨਣ ਵਾਲੇ ਨਹੀਂ। ਪੁੱਤਰ ਹੌਂਸਲਾ ਰੱਖੋ ਜ਼ਰਾ।